ਇਹ ਆਈ ਜਿਹੜੇ ਕਾਲੇ ਚੀਨੇ ਕੱਢਦੇ ਆ, ਹੈ ਲਾਲ ਚੀਨੇ, ਹਾਂ ਹੈ ਬਲੱਡ ਲਾਲ ਚੀਨਿਆਂ ਦੀ, ਬਲੱਡ ਲਾਲ ਚੀਨੇ, ਹਾਂ ਪੂਰੇ ਵੀ ਕੱਢਣਗੇ, ਰਸਤੇ ਵੀ ਕੱਢਣਗੇ, ਕਾਲੇ ਚੀਨੇ ਵੀ ਕੱਢਣਗੇ, ਕਾਫੀ ਕਲਰ ਵੀ ਕੱਢਦੇ, ਕਾਫੀ ਕਲਰ ਵੀ ਕੱਢਦੇ ਆਂ। ਇਹ ਕਬੂਤਰ ਆ ਇਹ ਬਾਈ, ਇਹ ਨਾਰ ਹੈ, ਬੈਡ ਬਹੁਤ ਡਬਲ ਹੈ ਇਹ, ਉੱਥੇ ਆ ਬਾਬੇ ਤਾਂ ਨਹੀਂ ਕਰੀਆਂ, ਉਹ ਪਿਛਲੇ ਉੱਥੇ ਤੁਰੇ ਆਉਂਦੇ ਆ ਜੀ 25 ਸਾਲ ਦੇ, ਠੀਕ ਹੈ। ਬਾਕੀ ਕਬੂਤਰ ਇੱਥੇ ਮੇਰੇ ਕੋਲ ਤਾਂ ਘੱਟ ਹੈ, ਚੇਲੇ ਕੋਲੇ ਛੱਡਤੇ ਕਬੂਤਰ ਸਾਰੇ। ਅੱਛਾ, ਚੇਲਿਆਂ ਨੂੰ ਦੇਤੇ? ਹਾਂ ਚੇਲਿਆਂ ਨੂੰ, 350 ਕਬੂਤਰ ਸੀ। ਅੱਛਾ, ਉੱਥੇ ਦਿੱਤੇ ਗਏ ਚੇਲਿਆਂ, ਜਿਹੜੇ ਥੋੜੇ ਜਿਹਨੂੰ ਦਿੱਤੇ ਹੋਏ ਸੀ ਉਹ ਵਾਪਸ ਕਰਕੇ ਗਏ ਆ, ਉਸ ਕਬੂਤਰ ਹੋਰ ਬਣਾਏ ਗਏ। ਇਹ ਫਿਰ ਵੀ ਸਾਫ ਕਰਕੇ ਬਈ, ਸਾਫ ਕਰਕੇ ਹੁੰਦੀ ਨੀ ਬਈ, ਇੱਕ ਡਿਸਕ ਦੀ ਪ੍ਰੋਬਲਮ ਹੈ, ਕੋਠੇ ਚੜ੍ਹਨ ਔਖਾ ਨਹੀਂ ਚੜਿਆ ਜਾਂਦਾ। ਆਹ ਮੁੰਡਾ ਹੁਣ ਇਹ ਹੀ ਪਾਉਂਦਾ ਦਾਣੇ। ਕਿਹੜੇ ਪਿੰਡ ਦੇ ਕਬੂਤਰ? ਬਣਮੋਰੇ ਆ ਕਬੂਤਰ ਆਪਣੇ, ਬਣਮੋਰਾ ਇੱਥੇ ਆ ਮੁੰਡਾ, ਠੀਕ ਹੈ। ਉੱਥੇ ਕਬੂਤਰ ਗਏ ਆ, ਪਤਲੀ ਜਿਹੀ ਰੀੜ ਦੇਣਾ ਕਬੂਤਰ ਬਈ। ਹਾਂ ਥੋੜ੍ਹੇ ਜਿਹੇ, ਇੱਕ ਕੇਅਰ ਨਹੀਂ ਹੋਈ, ਇਹ ਦਵਾਈ ਦਵੂਈ ਨਹੀਂ ਦਿੱਤੀ ਗਈ, ਇੱਕ ਚੋਗ ਵੀ ਦਿੰਦਾ ਕਰਕੇ। ਆਪਣੇ ਕੋਲ ਜਿੰਨੀ ਬਲੱਡ ਲਾਈਨ ਆ ਉਹੀ ਆ ਸਾਰੀ, ਇਹ ਬਾਬੇ ਧੰਨੇ ਕੇ ਵਾਲੀ। ਕਿੰਨੀ ਉਮਰ ਹੋ ਗਈ? ਚਾਰ ਪੰਜ ਸਾਲ ਦੇ ਹੈਗੇ ਨਸਲ ਵਧਾਉਣ ਖਾਤਰ ਤੁਸੀਂ ਮੰਗਾਏ ਆ, ਰੱਖ ਲਏ? ਹਾਂ, ਆਪਦੇ ਹਿਸਾਬ ਨਾਲ ਲਾਉਂਗੇ ਹੁਣ। ਤੇ ਉਹ ਉਤਰਨ ਲੱਗੀ ਵੀ ਬਾਈ, ਠੀਕ ਹੈ, ਢਬੋ ਡਬਲ ਨਾ ਕਬੂਤਰ, ਪੂਰੀਆਂ ਕਬੂਤਰਾਂ ਲੱਗੀਆਂ। ਬਹੁਤ ਸੋਹਣੀ ਅੱਖ ਦਿਖਾ ਯਾਰ, ਲੜਦਾ ਨਹੀਂ ਕਰਦਾ, ਮਾੜਾ ਮਾੜਾ ਕਰਦਾ, ਹਟਾਇਆ ਕਰ ਫਿਰ ਬਲਰ ਕਰਦਾ, ਨਾ ਸਵਾਦ ਨਹੀਂ ਆਉਂਦਾ ਫਿਰ ਵੀਡੀਓ ਦੇਖਣ ਦਾ। ਆਹ ਜਿਹਨੂੰ ਤੁਸੀਂ ਕਹਿੰਦੇ ਆ ਮਖਤਿਆਰ ਵਾਲੇ, ਬੇਜੀ ਵਾਲੇ, ਇਹ ਕਬੂਤਰ? ਹਾਂ ਇਹ ਸਿਰ ਰਹਿ ਗਿਆ ਇਕੱਲਾ, ਹੈ ਨਾ ਬਈ, ਬਲਰ ਕਰਦਾ, ਬਾਹਲਾ ਕਰਦਾ, ਮਾੜਾ ਜਦੋਂ ਜ਼ੂਮ ਕਰਦਾ ਅੱਗੇ ਨੂੰ, ਉਦੋਂ ਜ਼ੂਮ ਨਾ ਕਰਿਆ ਕਰ ਤੂੰ, ਮੈਂ ਉਵੇਂ ਨਹੀਂ ਜ਼ੂਮ ਆ, ਅੱਗੇ ਜੋ ਫੋਨ ਅੱਗੇ ਆਉਂਦਾ ਗਾ, ਨੇੜੇ ਆਉਂਦਾ ਕਬੂਤਰ ਦੇ। ਅੱਛਾ, ਉਦੋਂ ਕੋਈ ਨਾ ਨੇੜੇ ਆਏ ਨਾ ਕਰਿਆ ਕਰ, ਹੌਲੀ ਹੌਲੀ ਕਰ ਲਿਆ ਕਰ। ਇਹ ਬਾਬੇ ਮੁਖਤਿਆਰ ਬੇਗੇ ਵਾਲਿਆਂ ਚੋਂ? ਹਾਂ ਉਹ ਹੀ ਧੰਨੇ ਕਬੂਤਰਾਂ ਚੋਂ, ਉਹੀ ਆਪਾਂ ਜਿੱਥੋਂ ਆਏ ਆ ਉਹਨਾਂ ਦਾ ਨਾਂ ਹੀ ਕਹਾਂ। ਅੱਛਾ, ਇਹ ਫਿਰ ਬਾਈ ਇਹਨਾਂ 'ਚ ਪਾ ਦਿੰਦੇ ਹੋ? ਹਾਂ ਇਹਨਾਂ ਦੇ ਆਪ ਬੇਦੀ ਪਾ ਕੇ, ਇਹ ਵੀ ਇੱਕ ਲਾਲ ਚੀਨਿਆਂ ਨਾਲ ਲਾ ਦੇਈਏ ਚਾਹੇ ਚਿੱਟੀਆਂ ਵਾਲਿਆਂ ਨਾਲ ਲਾ ਦੇਈਏ, ਠੀਕ ਆ, ਇਹਨਾਂ ਨੇ ਉੱਡਣੇ ਉੱਡਣਾ, ਠੀਕ ਆ। ਮੌਜ ਵੀ ਕੱਢਦੇ ਮਾੜੀ ਮਾੜੀ ਬਈ? ਹਾਂ ਡੱਕਾ ਕੱਢ ਦਿੰਦੇ ਆ ਕੋਈ। ਘਰੇ ਡਾਣ ਕਿੰਨੀ ਕੁ ਬਈ ਇਹਨਾਂ ਦੀ? ਘਰੇ ਡਾਣ ਤਾਂ ਮੀਡੀਅਮ ਜੀ ਹੈ, ਜਿਵੇਂ ਦੋ ਢਾਈ 40 ਡਿਗਰੀ 42 ਟੈਂਪਰੇਚਰ 'ਚ 2-2.5 ਵਜੇ ਤੱਕ ਉੱਡ ਜਾਂਦੇ, ਠੀਕ ਆ। ਲੋ ਦੀਆਂ ਬਾਜੀਆਂ ਜੀ ਵੱਧ ਉੱਡਦੇ? ਹਾਂ ਦੁਸਰ ਦਸਰ ਵਾਲੇ ਨਹੀਂ ਹੈਗੇ ਹੋਣਾ? ਨਹੀਂ ਨਹੀਂ ਦੁਸਰ ਵਾਲੇ ਤਾਂ ਜਮੇ ਨਹੀਂ, ਹਰ ਕੇ ਆਏ ਬਹੁਤ ਦੁਸਰ, ਦੁਸਰ ਵਾਲੇ ਨੂੰ ਤਾਂ 10 ਵਜੇ ਬਹਿ ਜਾਂਦੇ ਆ, ਦੁਸਰ ਵਾਲੇ ਉੱਤਰ ਨਹੀਂ ਹੈਗੇ, ਬੜੇ ਚੰਗੇ ਉੱਤਰ ਨੇ ਲੋ ਨੂੰ ਤਾਂ।
ਪੱਕੀ ਨਿਸ਼ਾਨੀ ਫੰਗਾ ਫੁੰਗਾ ਤੋਂ ਦਵਾਈ ਪਾਉਣੇ ਬਾਈ ਤੁਸੀਂ? ਨਾ ਮੈਂ ਤਾਂ ਕੋਈ ਨੀ ਪਾਈ, ਐਵੇਂ ਕਰਕੇ ਕੇਅਰ ਹੋਈ ਨੀ। ਠੀਕ ਆ, ਨਾ ਚੌਲੇ ਵਧੀਆ ਪਾ ਲਏ ਹੋਏ ਆ। ਹਾਂ, ਉਹ ਪਾਣੀ ਪੂਣੀ ਧਰ ਦੇਈਦਾ, ਨਾ ਵਹਾ ਨੂੰ ਦੇਈਦੇ ਆ ਜਦੋਂ ਵੀ ਨਹਾਉਣਾ ਹੋਵੇ। ਠੀਕ ਆ, ਹੁਣ ਦਵਾਈ ਦਵੂਈ ਨੀ ਪਾਉਂਦੇ ਹੈਗੇ? ਨਾ। ਇਹ ਫਿਰ ਬਾਬੇ ਧੰਨੇ ਜੀ ਤੋਂ ਕਬੂਤਰ ਕਿਹੜੇ ਕਿਹੜੇ ਬੰਦਿਆਂ ਕੋਲੇ ਗਏ? ਮੈਂ ਕਹਿੰਦਾ ਬਾਈ ਮਿੱਕੀ ਲੈ ਕੇ ਗਏ ਸੀ, ਰਾਜਨ ਕੋਲੇ ਬਾਗੇ, ਉਹ ਕਬੂਤਰ ਚੱਲ ਫੜ ਲਏ, ਗੁਰਦੇਵਕਿਆਂ ਕੋਲੇ ਬਾਬੇ ਗੁਰਦੇਵਕਿਆਂ ਕੋਲੇ ਬਾਗੇ, ਡਾਕਟਰ ਰਮਾਣੇ ਕੋਲੇ ਗਏ, ਭਾਈ ਸਾਹਿਬ ਕੋਲ ਚੱਲ, ਉਹਦਾ ਉਹਨਾਂ ਦਾ ਆਪਦਾ ਸੀਗਾ, ਇੱਕ ਦੂਜੇ ਤੋਂ ਲੈਂਦੇ ਹੁੰਦੇ ਸੀ। ਉਹ ਤਾਂ ਕਬੂਤਰ ਬਣੇ ਆ ਬੇਗੇ ਵਾਲੇ ਕੋਲੇ, ਉਹ ਵੀ ਲੈ ਕੇ ਗਏ ਬਾਬੇ ਧੰਨੇ? ਨਹੀਂ, ਉਹ ਇਹਨਾਂ ਦਾ ਸ਼ਾਹ ਅੱਖਾ ਰਹਿ ਗਿਆ ਸੀ ਇੱਥੇ, ਬੁੱਗਰੀ ਬਾਜੀ ਛੱਡਿਆ ਸੀ। ਅੱਛਾ, ਬਾਬੇ ਧੰਨੇ ਕਹਿੰਦੇ? ਹਾਂ, ਹਰ ਗਿਆ ਸੀ ਉਹ ਕਬੂਤਰ, ਫਿਰ ਇਹਨਾਂ ਕੋਲੇ ਵੱਗ ਗਿਆ ਸੀ। ਅੱਛਾ, ਠੀਕ ਆ, ਉਹ ਉਹਨਾਂ ਕੋਲੇ ਬਣ ਗਿਆ ਬਾਈ। ਜਿਹੜੀ ਆਹ ਨਸਲ ਆ ਯਾਰ, ਆਹ ਇਹ ਨਸਲ ਦਾ ਦੂਜੇ ਕਬੂਤਰਾਂ ਨਾਲੋਂ ਕੀ ਫਰਕ ਆ? ਇਹ ਕਬੂਤਰ ਤਿੰਨ ਚਾਰ ਤਰ੍ਹਾਂ ਦੇ ਸੀ ਬਾਬੇ ਧੰਨੇ ਕੋਲੇ, ਕਈ ਕਿਸਮ ਦੇ ਸੀ। ਹਾਂ, ਜਿਵੇਂ ਆਹ ਬਲੱਡ ਲੈਣਾ ਜਿਹੜੀ ਆ ਲਾਲ ਗਲਾਂ ਵਾਲੇ, ਤਿੰਨ ਸਵਾਰੀ ਪੂਸਾਂ ਵਾਲੇ, ਇਹ ਨਸਲ ਹੋਰ ਆ। ਜਿਹੜੇ ਤੁਹਾਡੇ ਕੋਲੇ ਪਹਿਲਾਂ ਦਿਖਾਇਆ ਆਪਾਂ ਕਾਲੀ ਚੀਨ, ਉਹ ਨਸਲ ਹੋਰ ਆ, ਉਹ ਨਸਲ ਹੋਰ ਆ। ਹਾਂ, ਇਹ ਚਾਰ ਪੰਜ ਨਸਲ, ਇੱਕ ਖੱਟੀਆਂ ਦੇ ਨੇ, ਖੱਟੀਆਂ ਦੇ ਇਕੱਲੀਆਂ ਛੱਤ ਲਾਲ। ਹਾਂ ਹਾਂ, ਉਹ ਪੁਰਾਣੇ ਕਬੂਤਰ, ਪੁਰਾਣੇ ਅਸਲੀ ਤਾਂ ਉਹੀ ਸੀ, ਅਸਲੀ ਉਹ ਨੇ ਜਿਹੜੇ ਹਿੱਕੋ ਬੂੜੇ ਸੀ, ਐ ਜਿਵੇਂ ਆਹ ਹਿੱਕੋ ਬੂੜੇ ਸੀ। ਸਹੀ, ਆਹ ਹਿੱਕ ਨੀ, ਉਹਨਾਂ ਦੀ ਹੋਰ ਹਿਸਾਬ ਦੀ ਲਾਲੀ ਚ, ਇਹਨੇ ਤਾਂ ਕਾਫੀ ਚ ਉੱਡੇ ਫਿਰ ਲਾਲੀ ਚ, ਪੇਟੀ ਰੰਗੀ ਹੁੰਦੀ ਹੈ ਜਿਵੇਂ ਲੱਗਦੇ ਛੋਟੇ ਫਿਰ। ਸਹੀ ਕਬੂਤਰ ਤਾਂ ਉਹ ਸਹੀ ਹੋਣੇ ਨੇ। ਚੱਲ ਸ਼ੁਕਰ ਆ ਮਹਾਰਾਜ, ਇੰਨੀ ਤਾਂ ਨੌਲੇਜ ਮਿਲੀ ਵੀ ਹੈਗੀ ਆਪਾਂ ਨੂੰ ਸਹੀ। ਇਹਦਾ ਮਤਲਬ ਪੈੜ ਤਾਂ ਬਾਈ ਬਹੁਤ ਦੱਬੀ ਆ ਮੈਂ ਕਬੂਤਰਾਂ ਦੀ, ਸਾਰਿਆਂ ਦੀ, ਜਿਹੜਾ ਕਿਤੋਂ ਕਬੂਤਰ ਕਿਵੇਂ ਬਣੇ ਵੇ ਆ, ਪਤਾ ਵੀ ਲੱਗ ਜਾਂਦਾ ਵੀ ਕਿੱਥੋਂ ਝੂਠ ਚੱਲਿਆ ਕਿੱਥੋਂ ਸੱਚ ਚੱਲਿਆ। ਫਿਰ ਆਪਾਂ ਕਹਿਣਾ ਆਪਾਂ ਕੀ ਲੈਣਾ, ਅਗਲੇ ਦਾ ਚੱਲਦਾ ਯਾਰ ਚਲਾਈ ਜਾਵੇ। ਆਹ ਵੀ ਬੜੀ ਸਾਂਭੀ ਬੈਠਾ ਬਾਈ, ਕੱਚੀਆਂ ਬਿਜਲੀਆਂ ਦੇ, ਹੋਰ ਦੇਖਣ ਨੂੰ ਕਬੂਤਰ ਮਿਲਦੇ ਨੀ। ਹੁਣ ਬਾਬੇ ਗੁਰਦੇਵ ਕੋਲੇ ਬਾਹਲੇ ਬਣੇ ਇਹਦੇ ਨਾਲ ਦੇ ਜਾ ਕੇ, ਉਹਨੇ ਪਤਾ ਨੀ ਕਿਹੜੀ ਬਲੱਡ ਲੈਣ ਲਾਈ ਹੈ, ਕਦੀ ਦੇਖੇ ਵਾਲੇ ਲਾਏ ਆ ਬੰਦਾ ਦਾ, ਪਤਾ ਨੀ ਸਾਡੇ ਕੋਲ ਉਹ ਵੀ ਬਣ ਗਏ ਉਹਨਾਂ ਚ। ਅੱਛਾ, ਚਾਹੇ ਹੋ ਸਕਦਾ ਵੀ ਉਹ ਐਂ ਬਣ ਗਏ, ਪਿੱਛੇ ਕੱਢ ਉਹ ਪਿੱਛਾ ਕੱਢ ਜਾਂਦੇ ਆ। ਇਹ ਬਲੱਡ ਲੈਣ ਜਿਹੜੀ ਬਾਬੇ ਗੁਰਦੇਵ ਕੋਲੇ ਜਾ ਕੇ ਬਾਹਲੀ ਬਣੀ ਹੈ ਇਹਨਾਂ ਦੀ ਬਾਈ। ਇੱਕ ਹੋਰ ਦੇਖੀ ਆ ਮੈਂ,
ਜਿਹੜੀ ਇਹ ਆਹ ਬਲੱਡ ਲਾਈਨ ਆ ਕੱਚੀਆਂ ਪੀੜੀਆਂ ਲਈ, ਇਹਨਾਂ ਦੇ ਜਿਹੜੀ ਜਿਹੜੇ ਮੈਂ ਦੇਖਿਆ ਸਿਸਟਮ, ਹੁਣ ਮੰਨ ਕੇ ਚਲੋ ਇਹਦਾ ਵੀ ਪਤਾ ਲੱਗ ਗਿਆ, ਇਹਨਾਂ ਦੇ ਫੰਗ ਵਾਲੇ ਤਿਲਕਣੇ ਆ। ਹਾਂ ਹਾਂ, ਬਰੀਕ ਆ ਪਤਲੇ ਕੂਲੇ, ਹਾਂ ਕੂਲੇ ਫੰਗ ਵਾਲੇ ਨੇ। ਜੇ ਜੇ ਆਪਾਂ ਜਾਨੀ ਕਿ ਇਹਦੇ ਵਿੱਚ ਕੋਈ ਠੱਗੀ ਕਰਦਾ ਹੁਣ ਕੱਚੀਆਂ ਪੀੜੀਆਂ ਲੈ, ਬਸ ਉਹਦੇ ਫੰਗਾਂ ਤੋਂ ਪਤਾ ਲੱਗ ਗਿਆ, ਜੇ ਉਹਦੇ ਫੰਗ ਮੁਲਾਇਮ ਨਹੀਂ ਨਾ ਹੈਗੇ ਸਮਝ ਲਾ ਕਬੂਤਰ ਸਹੀ ਨਹੀਂ ਹੈਗਾ। ਹਾਂ ਬਸ ਪਤਾ ਕਿ ਮੈਨੂੰ ਲੱਗੇ ਜਾਨਵਰ ਦਾ ਹੁਣ ਇਹਦੇ ਹੱਥਾਂ ਚੋਂ ਨਿਕਲਦੀ ਆ ਇਹ ਕਬੂਤਰ, ਤਾਂ ਦੂਜੇ ਵੀ ਫੜੇ ਆਪਾਂ, ਇਹ ਜਿੰਨੇ ਬੰਦੇ ਮਹਿੰਗੇ ਕੋਲ ਵੀ ਫੜੇ ਆ ਮੇਰੀ ਠੜੀ ਵਾਲੇ ਕੋਲੇ, ਉਹਦੇ ਕੋਲ ਵੀ ਆਹ ਚੀਜ਼ ਸੀਗੀ ਹੱਥਾਂ ਚੋਂ ਨਿਕਲਦੇ ਸੀ, ਹੋਰ ਬੰਦਿਆਂ ਕੋਲ ਵੀ ਜਿਹਦੇ ਜਿਹਦੇ ਕੋਲੇ ਕੱਚੀਆਂ ਪੀੜੀਆਂ ਦੇ ਕਬੂਤਰ ਦੇਖੇ, ਇਹ ਸਾਲੇ ਹੱਥਾਂ ਚੋਂ ਨਿਕਲਦੇ ਆ, ਕੂਲੇ ਵਾਲੇ ਨੇ, ਇਹ ਕੋਈ ਝੂਠ ਨਹੀਂ ਬੋਲ ਸਕਦਾ ਇਹ ਕਬੂਤਰਾਂ ਦੇ ਵਿੱਚ। ਖੈਰ ਜੇ ਬੰਦਾ ਗੌਰ ਨਾਲ ਕਬੂਤਰ ਦੇਖੇ, ਝੂਠ ਤਾਂ ਬਹੁਤ ਔਖਾ ਹੁਣ ਚੱਲਣਾ ਨਹੀਂ ਬੰਦੇ ਦਾ, ਗੱਲ ਕਰ ਬੰਦਾ ਹੁਣ ਗੌਰ ਨਾਲ ਦੇਖਦਾ ਨਹੀਂ ਉਹ ਚੀਜ਼ ਜਿਹੜੀ ਦੇਖਣੀ ਹੁੰਦੀ ਹੈ। ਠੀਕ ਹੈ, ਇਹ ਵੀ ਉਹਨਾਂ 'ਚ ਬਾਈ ਮੰਗਦੇ ਆ ਰਾਣੇ 'ਚ ਬਾਬੇ ਨਾਲ ਕਰੇ ਪਿਆ, ਕਦੇ ਬਾਈ ਮੁੱਲ ਮੁੱਲ ਵੀ ਵੇਚੇ ਕਬੂਤਰ? ਨਹੀਂ, ਮੁੱਲ ਤਾਂ ਨਹੀਂ ਵੇਚੇ ਆਪਾਂ, ਆਂਡੇ ਧਰਾ ਕੇ ਦੋ ਦੇ ਦੇ, ਉਹਨਾਂ ਨੂੰ ਕਿਹੜਾ ਪਤਾ ਲੱਗਣਾ, ਇੱਥੋਂ ਤੱਕ ਵੀ ਚੱਲ ਕਬੂਤਰ ਨੀ ਵੱਡੇ ਦੇਣੇ ਵੀ, ਦੋ ਆਂਡੇ ਦੇ ਦੇ, ਚਾਰ ਆਂਡੇ ਦੇ ਦੇ। ਪੱਲਾ ਕਿੰਨਾ ਸੋਹਣਾ ਬਈ ਇਹਦਾ, ਬਾਂਦਰ ਕਿੰਨੀ ਸੋਹਣੀ ਇਹਦਾ ਪੱਲਾ ਰਖਾ ਯਾਰ, ਕਿਆ ਬਾਤ ਹੈ। ਚੱਕਰ ਚੁੱਡਣ ਲਈ ਕਬੂਤਰੀ ਆ, ਚੱਕਰ ਕੀ ਉੱਡਦੇ ਸੂਰਜ ਨੂੰ ਵੜਨਗੇ, ਸੂਰਜ ਨੂੰ, ਬਹੁਤ ਸੋਹਣਾ ਪੱਲਾ, ਸ਼ਾਨਦਾਰ ਬਾਂਦਰ ਆ ਪਰਾਂ ਦੀ, ਪਤਾ ਬਈ ਮੇਰੇ ਦਿਲ ਨਾਲ ਮੋਲਿਆ ਕਬੂਤਰੀ ਨੇ, ਤੇਰੀ ਨੇ ਜੇ ਜੇ ਬੰਦਾ ਨੀਤ ਰੱਖਣਾ ਨਾ ਕਿਸੇ ਕਬੂਤਰ ਨੂੰ ਹੀ ਹੁੰਦੇ ਹੋਏ ਵੀ ਆਪਦੇ ਉੱਡਣ ਹਟ ਜਾਂਦੇ ਹੋਏ। ਹਾਂ, ਇਹ ਤਾਂ ਮੈਂ ਕਿਹਾ ਵੀ ਆਪਦੀ ਤੁਸੀਂ ਨਸਲ ਵਿਗਾੜ ਦੋ, ਜਦੋਂ ਮੰਗ ਮੈਂ ਕਬੂਤਰ ਤੁਹਾਡੇ ਕੋਲੇ ਜਾਣ ਲੱਗ ਗਏ ਵਿੱਚ ਬਾਈ ਕਾਪੀ ਦੇ ਦਿੰਦਾ ਅਗਲਾ, ਕਬੂਤਰ ਖਰਾਬ ਕਰਨੇ ਹੁਣ ਇਹ ਬਾਈ। ਆਪਾਂ ਇੱਕ ਗੱਲ ਹੋਰ ਦੱਸਦਾ ਵੀ ਮੈਂ ਕੌਫੀ ਕਲਰ ਕਬੂਤਰ ਤਾਂ ਹਰੇਕ ਦੇ ਖੁੱਡੇ 'ਚ ਦੇਖਿਆ, ਤੇ ਮੈਂ ਬਾਜ਼ੀਆਂ ਨਹੀਂ ਉੱਡਦੇ ਦੇਖੇ ਕਬੂਤਰ, ਕੀ ਕਾਰਨ ਨਹੀਂ ਉੱਡਦੇ ਬਾਈ? ਇਹ ਸੇਕ ਸੂਕ ਮੰਨ ਕੇ ਧੁੱਪ ਮੰਨ ਕੇ ਬਹਿ ਜਾਂਦੇ। ਹਾਂ ਵੀ ਇਹ ਕੀ ਚੱਕਰ, ਨਸਲ ਤਾਂ ਉਹੀ ਹੈ, ਰੰਗ ਹੀ ਕੱਢ ਜਾਂਦੇ ਆ, ਲਾਜ ਤਾਂ ਉਹਨਾਂ ਦੀ ਹੋਈ ਆ। ਹੁਣ ਆਪਾਂ ਗਰਮੀ 'ਚ ਊੜੇ ਰੰਗ ਦੇ ਕੱਪੜੇ ਪਾ ਲਈਏ, ਗਰਮਾਇਸ਼ ਤਾਂ ਆਪਾਂ ਨੂੰ ਪੂਰੀ ਆਊ, ਮੁੜਕੋ ਮੁੜਕੀ ਹੋ ਜਾਵਾਂਗੇ, ਉਹ ਰੇਸ਼ ਉਹ ਤਾਂ ਗੱਲ ਠੀਕ ਹੈ। ਜਿਵੇਂ ਆਪਾਂ ਕਹਿ ਰਹੇ ਕਿ ਬਾਰਿਸ ਤਾਂ ਨਲੂਏ ਦੀ ਹੈ, ਫਿਰ ਦੂਜੇ ਕਿਉਂ ਨਹੀਂ ਜਾਬਾ ਪਾੜ ਰਹੇ, ਉਹ ਚੀਜ਼ ਆ ਵੀ ਇਹ ਕਿਉਂ ਨਹੀਂ ਜਾਬਾ ਪਾੜ ਰਹੀ ਹੁਣ, ਇਹ ਕੌਫੀ ਕਲਰਾਂ ਨੂੰ ਕੀ ਹੋਇਆ, ਬਾਰਿਸ ਤਾਂ ਉਹਦੀ ਨੇ, ਖੂਨ ਵੀ ਇਹਨਾਂ 'ਚ ਉਹੀ ਆ, ਖੁਰਾਕ ਵੀ ਉਹੀ ਖਾਂਦੇ ਆ, ਸਾਰਾ ਕੁਛ ਉਹੀ ਹੈ, ਹੋਰ ਕਬੂਤਰਾਂ ਦੇ ਆਪਾਂ ਦੇਖਦੇ ਹਾਂ ਉਹ ਜਿੱਤ ਜਾਂਦੇ ਆ, ਜਿਵੇਂ ਹੁਣ ਮਨੂ ਮੰਡੀ ਗਲਾਂ ਦੀ ਇੱਕ ਗੋਲੀ ਜੀ ਉੱਡੀ ਸੀ, ਉਹ ਮੈਨੂੰ ਲੱਗਦਾ ਕਈ ਬਾਜੀਆਂ ਜਿੱਤ ਗਈ। ਹਾਂ ਉਹੀ ਗੱਲ ਕਰਦੇ ਵੀ ਉਹ ਚੀਜ਼ਾਂ ਕਰਕੇ, ਅਰੇ ਕੱਚੀਆਂ ਪੀਲੀਆਂ ਦੇ ਆ ਵੀ ਆ ਗਿਆ ਜੋੜਾ, ਇਹ ਵੀ ਉਹਨਾਂ 'ਚ ਫਿਰ ਬਾਈ ਬੈਡ ਬਹੁਤ ਅਦੇ ਹੱਥਾਂ 'ਚੋਂ ਨਿਕਲਦੇ ਆ ਕਬੂਤਰ, ਇਹ ਨਾਲ ਇਹਦੇ ਪਰ ਦੇਖੋ, ਨਾਲ ਇਹਦੇ ਦੇਖੋ, ਇਹਦੇ ਕਿੰਨੇ ਸੌਫਟ ਸੌਫਟ ਪਏ ਹੈਗੇ, ਇਹਦੀ ਅੱਖਾਂ ਦਿਖਾ ਦੇ,
ਆਹਦਾ ਬਾਈ ਸਿਉਣਾ ਹੀ ਆ, ਪਲਰ ਕਰਦਾ ਆਹਦਾ ਸਿਉਣਾ ਹੀ ਆ ਯਾਰ। ਮੈਂ ਬਹੁਤ ਫੈਨ ਆ ਬਈ ਆ ਕਬੂਤਰਾਂ ਦਾ, ਬਾਬੇ ਕਰਦੇ ਵਾਲਿਆਂ ਦਾ ਦੇਖਣ ਨੂੰ ਰੂਹ ਵੀ ਖੁਸ਼ ਹੁੰਦੀ ਆ ਖੁੱਡੇ ਚ ਬੈਠਿਆਂ ਦੀ ਦੇਖੀ। ਬੇਗੇ ਵਾਲੇ ਕਬੂਤਰ, ਬਾਬੇ ਪੁੰਨੂ ਵਾਲੇ ਕਬੂਤਰ, ਬੇਗੇ ਵਾਲੇ ਕਬੂਤਰ, ਤੇ ਇੱਕ ਆ ਬਾਬੇ ਧਰਨੀ ਦੇ ਬਾਬੇ ਕਰਦੇ ਬਾਜੀ ਬਲੱਡ ਲੈਣਾ, ਆਪਾਂ ਇਹਨਾਂ ਦੇ ਫੈਨ ਆ। ਆਪਾਂ ਹੋਰ ਕਬੂਤਰ ਆਪਣੇ ਦਿਲ ਹੀ ਨੀ ਲੱਗਦਾ, ਪਤਾ ਨੀ ਕੀ ਚੱਕਰ ਆ। ਜਦੋਂ ਪਿੱਛਾ ਪਤਾ ਹੋਵੇ ਨਾ ਵਿਆਹ ਕਬੂਤਰ ਬਾਬੇ ਧਰਨੇ ਵਾਲਾ, ਜਦੋਂ ਹੋਰ ਆ ਸਵਾਦ ਹੀ ਵੱਖਰਾ ਹੋ ਜਾਂਦਾ ਉੱਥੇ ਕਹਾਣੀ ਦਾ ਵੀ। ਹਾਂ ਬਾਕੀ ਹੈਗੀ ਯਾਰ, ਕਿਸੇ ਦੀ ਚੋਇਸ ਹੁੰਦੀ ਅੱਡੋ ਅੱਡ ਬਾਈ, ਕਿਸੇ ਨੂੰ ਕੋਈ ਵਧੀਆ ਲੱਗਦਾ। ਰਸਤਾ ਪੂਰਾ ਗੁੜ ਰੰਗਾ ਕਿੱਥੇ ਆ, ਇਹ ਤਾਂ ਬਸ ਗੁੜ ਰੰਗਾ ਬਸ ਵਾਲੇ ਕੀ ਆਪਾਂ ਇਹਦੇ ਪਰ ਬਹੁਤ ਸੋਹਣੇ ਦੀ ਬੰਤਰ ਸਹੀ ਪਰਾਂ ਦੀ ਜ਼ਰੂਰ ਦਿਖਾਉਣਾ। ਕਿਵੇਂ ਬਾਈ ਕੋਈ ਸਾਂਝੀ ਸੂੰਝੀ ਕਰਕੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਦੇ ਐਂ ਹੋਏ ਮੁੱਕਰ ਗਏ ਹੋਏ। ਹਾਂ ਹੋਏ ਆ, ਮੁੱਕਰ ਜਾਂਦੇ ਹੋਏ ਆ, ਮੁੱਕਰ ਜਾਂਦੇ ਸੀ ਮੁੜ ਕੇ ਬਾਜੀਆਂ ਦੇ ਜਾਣੀ ਹੋਏ ਤਾਂ ਦੋ ਇੱਕ ਦੋ ਚ ਹੀ ਆ, ਜ਼ਿਆਦਾ ਨੀ ਆ। ਮੇਰਾ ਮਨ ਦੁਖੀ ਹੁੰਦਾ ਸੀਗਾ ਵੀ ਯਾਰ ਕੀ ਲੋਕ ਪੈਸੇ ਪਿੱਛੇ ਵੀ ਯਾਰ ਆਹ ਕੁਛ ਨਹੀਂ, ਕੋਸੇ ਦੀਆਂ ਲੈਣੇ ਚੱਲ ਗਏ ਕਬੂਤਰ ਚੱਕਣਾ ਬਾਜੀ ਚ ਕਰਕੇ ਮੁੱਕਰ ਜਾਣਾ ਯਾਰ, ਹੋ ਗਿਆ ਤੰਗ ਪਿੱਛੇ ਹਟੇ ਆ ਇਹ, ਮਾਨ ਖਰਾਬ ਹੋਣ ਲੱਗ ਗਿਆ। ਜਦੋਂ ਘਰੋਂ ਪਿੰਜਰਾ ਚੱਕ ਲਈਦਾ ਉਦੋਂ ਤਾਂ ਸਮਝ ਵੀ ਆਪਾਂ ਹਾਰਨ ਨੂੰ ਚੱਲੇ ਆ, ਜਿੱਤਣ ਦੀ ਤਾਂ ਚਾਂਸ 1% ਆ, 99% ਹਾਰ ਹੈ, ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਸਾਰਾ ਦਿਨ ਉੱਡ ਕੇ ਵੀ ਹਾਰ ਜਾਂਦਾ, ਹਾਰ ਹੋਏ ਆ ਹੋਏ ਆ। ਕਹਿੰਦੇ ਵੀ ਟਾਈਮ ਲਾਤਾ ਬੰਦੇ ਦਾ, ਜਾਂ ਨਾਂ ਕਾਹਨੂੰ ਲੈਣਾ, ਤੇ ਕਿਤੇ ਹਰੀ ਬੇਟੀ ਉਹਦੀ ਰੰਗੀ ਵੀ ਸੀ, ਮੈਨੂੰ ਕਹਿੰਦੀ ਵੀ ਟਾਈਮ ਕਹਿੰਦੀ ਉਹਦਾ 5 ਮਿੰਟ ਰਹਿ ਗਏ, 55 ਮਿੰਟ ਆਪਾਂ ਵੱਢ ਉੱਡਿਆ ਤੇ ਓਲਾ ਮਾਰਿਆ ਉਹਨਾਂ ਨੇ ਪਿੰਡੋਂ ਲਿਆ ਕੇ ਹਰੀ ਬੇਟੀ ਰੰਗੀ ਵੀ, ਕਹਿੰਦੇ ਆਹ ਆ ਗਈ ਆਹ ਆ ਗਈ। ਮੈਂ ਚੱਲ ਕੋਈ ਨਾ ਆ ਗਈ, ਤੇ ਬਾਜੀ ਕਹਿੰਦੇ ਅਸੀਂ ਨੀ ਬਾਜੀ ਬਣਦੇ। ਉਹ ਜਦੋਂ ਪੈਸੇ ਦੇਣੇ ਹੋਏ ਇੰਨੇ ਜੀ ਦੂਜੀ ਸਫੈਦੇ ਜੋ ਖੜੀ ਅੱਗੇ, ਦੋ ਹੋ ਗਈਆਂ ਹਰੀ ਬੇਟੀ ਵਾਲੀਆਂ, ਦੋ ਹੋ ਗਈਆਂ, ਰੌਲਾ ਪੈ ਗਿਆ ਖਿਡਾਰੀ ਬੰਦੇ ਨਾਲੇ। ਉੱਥੇ ਬਾਜੀ ਫਿਰ ਕੱਲੇ ਜਿੱਤੇ ਸੀ, ਉਹਨਾਂ ਨੂੰ ਕੀ ਦੇਣਾ ਸੀ ਜਦੋਂ ਇੱਕ ਫੜੇ ਗਏ ਬੰਦੇ। ਅਸਲ ਮੈਂ ਨਾ ਵਿੱਚ ਤਾਂ ਬਾਹਲੇ ਬੰਦੇ ਯਾਰ ਬਾਈ, ਪੁਰਾਣੇ ਬਜ਼ੁਰਗ ਇੰਟਰਵਿਊ ਕਰਾ ਰਹੇ ਜਾਂ ਕੋਈ ਕਬੂਤਰ ਬਾਜ ਦੂਰ ਗੱਲ, ਉਹ ਕਹਿੰਦੇ ਯਾਰ ਹੁਣ ਲੜਾਈ ਵਾਲੀ ਆ ਵੀ ਕਈ ਵਾਰੀ ਯਾਰ ਜਰਦਾ ਨੀ, ਅਗਲਾ ਕਿਸੇ ਨੇ ਮਾਰਿਆ ਕਮਾੜਾ ਚੰਗਾ ਕਹਿਤਾ ਯਾਰ ਸਾਰੀ ਉਮਰ ਦੀ ਬੇਇੱਜ਼ਤੀ ਹੋ ਜਾਊਗੀ, ਵੀ ਐ ਚੱਕਰ ਆ। ਇਹ ਵੀ ਬਾਬੇ ਧਰਨੇ ਵਾਲਿਆਂ ਦਾ ਨਹੀਂ, ਇਹਦੇ ਚ ਮਿਸ ਪਾਈ ਵੀ, ਕਿਹੜੇ ਕਬੂਤਰ ਪਾਏ ਇਹਦੇ ਚ, ਮੋਨਸੇ ਵਾਲੇ ਕਬੂਤਰ ਦੀ ਮਿਸ ਪਈ ਵੀ ਆ ਕੱਟੀਆਂ ਵਾਲੇ। ਅੱਛਾ ਉਹ ਜਿਹੜੇ ਡੱਕਿਆਂ ਵਾਲੇ ਸੀ, ਡੱਕਿਆਂ ਵਾਲੇ ਸੀ, ਇਹ ਕਬੂਤਰਾਂ ਦੀ ਸਿਫਤ ਹੈ ਇਹ ਬਾਈ। ਮੋਹਣਸ ਵਾਲੇ ਜਿਹੜੇ ਉਹ ਡੱਕਿਆਂ ਵਾਲੇ ਸੀ, ਜ਼ਿਆਦਾ ਤਾਂ ਚਿੱਟੀਆਂ ਵਾਲੇ ਸੀਗੇ ਪਤਾ ਨਹੀਂ, ਇਹ ਖੱਟੇ ਸਾਡੇ ਕੋਲ ਤਾਂ ਖੱਟੀਆਂ ਵਾਲਾ ਆਇਆ ਹੋਇਆ ਸੀ ਕਬੂਤਰ, ਠੀਕ ਹੈ, ਉਹਨੇ ਛੱਡਿਆ ਸੀ ਸੇਮੇ ਸੇਮੇ ਤੋਂ ਹਿੱਲ ਕੇ ਮਰਾਜ ਆ ਗਿਆ, ਉਹਦੀ ਲਾਦ ਛੱਡੀ ਆ ਸੀ, ਜਿੱਤੀ ਆ ਲਾਦ ਉਹਨਾਂ ਚੋਂ ਗਾਹ ਇਹਨਾਂ ਦੀ ਹੈ। ਜਦੋਂ ਇਹ ਮਾੜੇ ਹੋ ਗਏ ਪਿੰਡ ਦੇ ਕੰਨੀ ਦੇ ਜਾਣਗੇ ਸਿਰੇ ਦੇ, ਗਾਹਾਂ ਵਾਲੇ ਪਿੰਡ ਨਹੀਂ ਜਾਂਦੇ ਪਰ ਬਾਹਾਂ ਚੋਂ ਮੁੜੇ ਆਉਂਦੇ ਆ, ਆਵਾਜਾਈ ਕਰਦੇ ਆ।
ਵੀ ਹੁਣ ਇਹ ਟਾਈਮ ਟਪਾਉਣ ਲੱਗ ਜਾਂਦੇ ਆ, ਟਾਈਮ ਟਪਾਉਣ ਲੱਗ ਜਾਂਦੇ, ਦੱਸ ਦਿੰਦੇ ਆ ਵੀ ਭਾਈ ਇੰਨਾ ਕੁ ਟਾਈਮ ਰਹਿ ਗਿਆ ਹੁਣ ਆਪਦਾ ਸੰਭਲ ਜਾਓ। ਇਹ ਗੁੜ ਰੰਗੇ ਆ ਗਈ, ਇਹ ਗੁੜ ਰੇ ਪਿਓਰ ਲਾਲ ਚੀਨਿਆਂ ਦਾ, ਕਾਲੇ ਵੀ ਕੱਢ ਜਾਂਦੇ ਵੀ, ਕਾਲੇ ਕੱਢਦੇ ਆ ਤੁਹਾਡੇ ਕੋਲ ਕੱਢੇ ਮਾਂ ਪਿਓ ਨਹੀਂ, ਕਾਲੇ ਕੱਢ ਕੇ ਝਾੜ ਕੇ ਚੀਨੇ ਹੋ ਜਾਂਦੇ ਆ। ਅੱਛਾ, ਵੱਜੋ ਹੁਣ ਬਹੁਤ ਬੰਦੇ ਕੋਲ ਕਾਲੇ ਵੀ ਬੈਠੇ ਆ। ਹਾਂ ਕੱਢ ਜਾਂਦੇ ਖੇਤ ਬੈਠੇ ਸਾਡੇ ਉੱਥੇ ਕਾਲੇ ਕੋਲ ਤਾਂ ਕੱਢ ਜਾਂਦੇ ਆ। ਠੀਕ ਆ, ਹੁਣ ਵੀ ਹੈਗਾ ਬਾਈ ਦੁਨੀ ਕਹਿੰਦਾ ਫਿਰ ਲੈਣ ਦੇਣ? ਹਾਂ ਨਹੀਂ, ਕਬੂਤਰਾਂ ਦਾ ਤਾਂ ਆਪਣਾ ਕਿਸੇ ਨਾਲ ਨੀ ਲੈਣ ਦੇਣ। ਅੱਛਾ, ਕਬੂਤਰਾਂ ਦਾ ਕਿਸੇ ਨਾਲ ਨੀ, ਪਰ ਜਵਾਬ ਆਪਾਂ ਨੂੰ ਦਿੰਦੇ ਨੀ, ਜਿਹੜਾ ਮਰਜ਼ੀ ਲੈ ਲਈ ਉੱਥੋਂ ਜਾਨੀ ਕੋਈ ਮਰਜ਼ੀ ਲੈ ਲਓ। ਆਪਾਂ ਹੀ ਹੁਣ ਡਾਉਣੇ ਨਹੀਂ, ਸ਼ੌਂਕ ਛੱਡਤਾ ਉਹਨਾਂ ਨੇ ਵੀ ਛੱਡਿਆ ਬਈ, ਉਹਨਾਂ ਦਾ ਵੀ ਛੱਡਿਆ ਵਿਆ। ਚੱਲ ਆਇਆ ਵੀ ਸਾਰੀ ਦੁਨੀਆ ਚ ਨਾ ਬਾਬੇ ਧੰਨੇ ਦਾ ਕਬੂਤਰ ਤਾਂ ਨੀ ਛੱਡਣੇ ਚਾਹੀਦੇ ਉਹਨਾਂ ਨੂੰ, ਨਹੀਂ ਛੱਡਦੇ ਨੀ, ਤਾਂ ਹੀ ਤਾਂ ਕਹਿਣਾ ਗਾਂ ਬਾਈ ਦੁਨੀ ਦੇ। ਫਿਰ ਜਵਾਕ ਮੁੰਡਾ ਹੈਗਾ ਮੇਰੀ ਹਾਣ ਦਾ, ਮੁੰਡੇ ਦੀ ਵੀ ਨੋਹਾਲਾ ਉਹ, ਇਹਨੂੰ ਦਿਖਾਵਾਂਗੇ ਸੁਖਰ ਕੇ ਦਰਸ਼ਨ ਕਿਤੇ ਕਰਾਵਾਂਗੇ ਖੇਤ ਦੇ ਉੱਤੇ, ਉਹਦੇ ਤੇ ਨਸਲਾਂ ਹੀ ਵਾਹਲੀਆਂ, ਬੱਤਕਾਂ ਬੁੱਤਕਾਂ ਵਾਹਲੀਆਂ ਕਿਸਮਾਂ ਦੇ, ਮੋਰ ਬੱਤਕਾਂ ਈਤੀ ਸਤਰ ਮੁਰਗ ਜੀ, ਤੇ ਸਾਰੀਆਂ ਨਸਲਾਂ ਦੇ ਕਬੂਤਰ ਤੇ ਕੁੱਤੇ ਵੀ ਸੱਤ ਅੱਠ ਨਸਲਾਂ ਦੀ। ਪੈਸਾ ਸਾਰੀ ਦੁਨੀਆ ਚੱਕੀ ਫਿਰਦੇ, ਪਰ ਬਹੁਤ ਬੰਦਿਆਂ ਨੂੰ ਐਂ ਵੀ ਨਹੀਂ ਪਤਾ ਸਾਡੇ ਕੋਲ ਹੈ ਕਿੰਨਾ। ਜਾਣਦਾ ਪਰ ਉਹਨਾਂ ਨੂੰ ਫਿਰਨੀ ਤੇ ਨਹੀਂ ਹੁੰਦਾ ਵੀ, ਨਹੀਂ ਹੁੰਦਾ। ਤੇ ਇਹ ਬਹੁਤ ਵੱਡੀ ਗੱਲ ਆ ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਆ ਕਬੂਤਰਾਂ ਵਾਲੀ, ਬਾਬਾ ਧੰਨਾ ਬਾਬਾ ਧੰਨਾ, ਹੁੰਦੀ ਆ ਬਹੁਤ ਵੱਡੀ, ਆਪਦੀ ਕੋਈ ਬ੍ਰਾਂਡ ਬਣਾ ਦੇਣਾ ਰਹਿੰਦੀ ਦੁਨੀਆਂ ਦਾ ਕਿਨਾਰ। ਪਰ ਉਹ ਬੰਦੇ ਨੇ ਸੰਘਰਸ਼ ਵੀ ਬਹੁਤ ਕੀਤਾ, ਤੜਕੇ ਪਹਿਲਾਂ 5 ਵਜੇ ਉੱਠਣਾ ਤੇ ਉੱਠਣਾ ਹਲ ਵਾਹ ਕੇ ਫੇਰ ਰੋਟੀ ਬੰਨ ਕੇ ਟਾਈਮ ਨਾਲ ਘੋੜੀ ਤੇ ਜਾ ਕੇ ਮਹਾਰਾਜ ਕਬੂਤਰ ਡਾਉਣੇ। ਅੱਛਾ, ਇੰਨੀ ਬਹੁਤ ਸੰਘਰਸ਼ ਕੀਤਾ ਉਹਨੇ ਬੰਦੇ ਨੇ, ਨਾਲੇ ਤਾਂ ਪਾਹੀ ਕਰਨੀ ਨਾ ਕਬੂਤਰ ਡਾਉਣੇ, ਘੋੜੀ ਤੇ ਆਉਣਾ ਘੋੜੀ ਤੇ ਜਾਣਾ, ਸਾਧਨ ਹੈ ਹੀ ਨਹੀਂ ਸੀ। ਇੱਕ ਤਾਂ ਹੁੰਦਾ ਬੰਦੇ ਦਾ ਉਹ ਨਸਲਾਂ ਕਰਕੇ ਨਾ, ਬੰਦੇ ਦਾ ਨਾਮ ਇਹਨੇ ਬਾਜੀ ਜਿੱਥੇ ਛੱਡ ਦਿੰਦਾ ਸੀ ਹਰਦਾ ਹੀ ਨਹੀਂ ਸੀ, ਜਿੱਤਣੀ ਜਿੱਤਣੀ ਆ। ਪਰ ਇੱਕ ਉਹ ਸਾਨੂੰ ਇਹ ਸਿਖਾ ਕੇ ਗਿਆ, ਕਹਿੰਦਾ ਜੀ ਤੁਹਾਡੇ ਨਾਲ ਬਾਜੀ ਕੋਈ ਬਣਦਾ ਵੰਡ ਲਓ, ਕਿਸੇ ਨੂੰ ਜਵਾਬ ਨਾ ਦਿਓ, ਇਹ ਨਾ ਕਹਿੰਦੇ ਵੀ ਇਕੱਲੇ ਜਿੱਤਣਾ, ਬਾਜੀ ਵੰਡ ਲਓ। ਕਹਿੰਦਾ ਵੀ 2 ਰੁਪਈਏ ਆਉਣਗੇ ਮੂੰਹ ਵਿੱਚ, ਬਾਜੀ ਚੜਿਆ ਨੀ ਕਿਸੇ ਨਾਲ, ਬਾਜੀ ਵੰਡ ਲੈਂਦਾ ਸੀ, ਉਹਦੀ ਚਾਰਾਂ ਚਾਰਾਂ ਚ ਵੀ ਵੰਡੀ ਆ ਬਾਜੀ। ਉਹ ਬੰਦੇ ਦੀ ਜੇ ਸੋਚ ਚੰਗੀ ਸੀ, ਐਡੀ ਉੱਚੀ ਸੋਚ ਵਾਲਾ ਸੀ, ਤੇ ਬਾਈ ਜਿੰਨਾ ਚਿਰ ਦੁਨੀਆਂ ਦੇ ਕਬੂਤਰ ਵੱਜੇ ਰਹੂਗੀ ਤੇ ਨਾ ਰਹਿਣਾ ਹੀ ਰਹਿਣਾ, ਘਰੋਂ ਵੀ ਸੌਖਾ ਸੀ ਨਾ, ਮਿਹਨਤ ਵੀ ਕਰਦੇ ਨਾ ਰਹਿਣਾ ਹੀ ਰਹਿਣਾ। ਜੇ ਉਹਨਾਂ ਦੀ ਸੋਚ ਇੰਨੀ ਉੱਚੀ ਸੀਗੀ ਤੇ ਨਾ ਵੀ ਤਾਂ ਹੀ ਰਹੂਗਾ, ਜਿਹਦੀ ਸੋਚ ਛੋਟੀ ਉਹ ਕਬੂਤਰ ਪਤਾ ਵੀ ਤਾਂ ਹੋਰ ਵੀ ਬਹੁਤ ਬੰਦਿਆਂ ਨੇ ਕਰੀ ਹੋਊਗੀ। ਇੱਕ ਸਾਨੂੰ ਜਿਹੜੇ ਡਾਊਨ ਦਾ ਸੀ ਕਬੂਤਰ ਜਿੰਨੇ ਪੱਠੇ ਦਾ 20 ਕਢਾ ਲਏ, ਉਹਨੇ 4 ਛੱਡਣੇ ਆ ਘਰੇ, 4 ਛੱਡ ਕੇ ਡਾਈ ਜਾਣੇ ਆ, ਜਿੱਦੇ ਉਹਨਾਂ ਚਾਰਾਂ ਚੋਂ ਇੱਕ ਬਾਜੀ ਛੱਡ ਲਿਆ ਮੁੜ ਕੇ ਇੱਕ ਹੋਰ ਮਗਰ ਜੋੜ ਦੇਣਾ ਨਾਲ ਲਾ ਦੇਣਾ, ਐਂ ਛੱਡਦਾ ਸੀ ਉਹ, ਚਾਰਾਂ ਤੋਂ ਵੱਧ ਕਬੂਤਰ ਨਹੀਂ ਡਾਉਂਦਾ ਸੀ, ਇਕੱਠੇ ਨਹੀਂ, ਜੇ ਬਾਜੀ ਛੱਡ ਲਿਆ ਮਗਰੋਂ ਇੱਕ ਹੋਰ ਜੋੜਤਾ। ਬਹੁਤ ਸੋਹਣੇ ਕਬੂਤਰ ਸੀਗੇ ਬਾਈ, ਵਧੀਆ ਲੱਗੇ ਦੇਖ ਕੇ, ਤੇ ਮੈਨੂੰ ਲੱਗਦਾ ਤੁਹਾਡੀ ਵੀ ਰੂਹ ਖੁਸ਼ ਹੋਈ ਹੋਣੀ ਆ ਅੱਜ ਦੇਖਣ ਨੂੰ ਮਿਲੀ ਹੋਣੀ ਆ ਉਹ ਚੀਜ਼ ਜਿਹੜੀ, ਅਤੇ ਮੈਂ ਕਹਿੰਦਾ ਸ਼ੌਂਕ ਹੁੰਦਾ ਬੰਦੇ ਦਾ ਹਰ ਚੀਜ਼ ਦਾ, ਜਿਹੜੇ ਬੰਦੇ ਨੇ ਡਾਏ ਹੋਣ ਜਾਂ ਜਿਹੜੇ ਬੰਦੇ ਨੇ ਦੇਖੇ ਹੋਣ ਕਬੂਤਰ, ਵਿਆਹ 'ਚ ਕਬੂਤਰ ਚੰਗੇ ਆ। ਅਤੇ ਬਾਈ ਜੀ ਦੇ ਕਹਿਣ ਮੁਤਾਬਕ ਵੀ ਜਿੱਦੇ ਕਿਤੇ ਆਪਣਾ ਕੋਈ ਸਬੱਬ ਬਣਿਆ ਅਤੇ ਬਾਬਾ ਧੰਨਾ ਜੀ ਦੇ ਘਰ ਵੀ ਆਪਾਂ ਜ਼ਰੂਰ ਜਾਵਾਂਗੇ।
ਤੇ ਉਹਨਾਂ ਦੇ ਕਬੂਤਰ ਜਿਹੜੇ ਆਪਾਂ ਜੱਦੀ ਕੁਸ਼ਤੀ ਜਿਹੜੇ ਬੈਠੇ ਹੋਏ ਉਹ ਕਬੂਤਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।